ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਭਾਜਪਾ ਦੇ ਵੱਲੋਂ ਝੰਡੇ ਗੱਡੇ ਗਏ ਨੇ ਕਿਉਂਕਿ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਜੋ ਇੱਕ ਕੜੀ ਟੱਕਰ ਵੇਖਣ ਨੂੰ ਮਿਲ ਰਹੀ ਸੀ ਤੇ ਹੁਣ ਇਸ ਟੱਕਰ ਦੇ ਵਿੱਚ ਜਿੱਤ ਹਾਸਲ ਕਰ ਲਈ ਹੈ ਭਾਜਪਾ ਦੇ ਉਮੀਦਵਾਰ ਦੇ ਵੱਲੋਂ ਸਵੇਰ ਤੋਂ ਜੋ VOTING ਹੋ ਰਹੀ ਸੀ ਤੇ ਇਸ VOTING ਦੇ ਦਰਮਿਆਨ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ ਤੇ ਦੁਬਾਰਾ ਤੋਂ ਭਾਜਪਾ ਦਾ ਮੇਅਰ ਅਨੂਪ ਗੁਪਤਾ ਜੋ ਨੇ ਮੇਅਰ ਬਣ ਚੁੱਕੇ ਨੇ ਤਾਂ 14 ਅਤੇ 15 ਦੋਆ ਪਾਰਟੀਆਂ ਦੇ ਵਿਚਕਾਰ ਜੋ ਸੀਟਾਂ ਮਿਲੀਆਂ ਯਾਨੀ ਕਿ VOTING ਹੋਈ BJP ਦੇ ਹਿੱਸੇ 15 ਵੋਟਾਂ ਆਈਆਂ ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ 14 ਵੋਟਾਂ ਆਈਆਂ ਸਿਰਫ ਇੱਕ ਵੋਟ ਦੇ ਫਰਕ ਦੇ ਨਾਲ ਜੋ ਇਸ ਵੇਲੇ BJP ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਵਿੱਚ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੈ ਇਸ ਤੋਂ ਪਹਿਲਾਂ ਜੇਕਰ ਪਿਛਲੀਆਂ ਮੇਅਰ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਵੀ ਕਾਫੀ ਕੜੀ ਟੱਕਰ ਆਮ ਆਦਮੀ ਪਾਰਟੀ ਦੇ ਵੱਲੋਂ ਵੇਖਣ ਨੂੰ ਮਿਲੀ ਸੀ ਤੇ ਉਸ ਵੇਲੇ ਵੀ BJP ਮੇਅਰ ਸਰਗਜੀਤ ਕੌਰ ਬਣ ਗਏ ਸਨ ਤੇ ਹੁਣ ਇੱਕ ਵਾਰ ਫੇਰ ਚੰਡੀਗੜ੍ਹ ਨੂੰ ਦੁਬਾਰਾ ਨਵਾਂ ਮੇਅਰ ਮਿਲਿਆ ਤੇ ਇਹ ਮੇਅਰ ਵੀ ਭਾਜਪੀ ਪਾਰਟੀ ਨਾਲ ਸੰਬੰਧਿਤ ਹੈ ਅਨੂਪ ਗੁਪਤਾ ਜੋ ਨੇ ਮੇਅਰ ਬਣ ਚੁੱਕੇ ਨੇ ਅਤੇ ਜੋ ਵੋਟਾਂ ਦਾ ਫਰਕ ਸਿਰਫ ਇੱਕ ਵੋਟ ਦਾ ਫਰਕ ਸੀ ਕਿਉਂਕਿ ਬੀਜੇਪੀ ਦੇ ਹਿੱਸੇ 15 ਵੋਟਾਂ ਆਈਆਂ ਜਦਕਿ ਆਮ ਆਦਮੀ ਪਾਰਟੀ ਦੇ ਕੋਲ ਸਿਰਫ 14 ਕੌਂਸਲਰਾਂ ਦੀਆਂ ਵੋਟਾਂ ਸਨ ਜਿਸ ਕਰਕੇ ਬੀਜੇਪੀ ਪਾਰਟੀ ਜਿੱਤ ਚੁੱਕੀ ਹੈ ਤਾਂ ਅੱਜ ਹੀ ਜਿਹੜੀ ਹੈ ਡਿਪਟੀ ਮੇਅਰ ਦੀ ਵੀ ਚੋਣ ਕੀਤੀ ਗਈ ਹੈ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੀ ਵੀ ਚੋਣ ਕੀਤੀ ਗਈ ਹੈ ਤੇ ਜੇਕਰ ਦੂਜੀ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਸ VOTING ਦੇ ਵਿੱਚ ਹਿੱਸਾ ਨਹੀਂ ਲਿਆ ਗਿਆ ਭਾਜਪਾ ਤੇ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਆਮੋ ਸਾਹਮਣੇ ਸੀ ਭਾਜਪਾ ਦੇ ਵੱਲੋਂ ਅਨੂਪ ਪਟਾਣੂ ਚੌਣ ਮੈਦਾਨ ਦੇ ਵਿੱਚ ਨਿਤਾਰਿਆ ਗਿਆ ਸੀ ਜਦ ਕਿ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਜਸਪੀਰ ਸਿੰਘ ਲਾਢੀ ਨੂੰ ਮੈਦਾਨ ਦੇ ਵਿੱਚ ਮੇਅਰ ਦੇ ਉਮੀਦਵਾਰ ਲਈ ਚੁਣਿਆ ਗਿਆ ਸੀ ਤਾਂ ਇਹ ਵੀ ਇਹ ਕਿ ਸੁਰੱਖਿਆ ਦੇ ਵੀ ਪੂਖਤਾ ਪ੍ਰਬੰਧ ਕੀਤੇ ਗਏ ਕਿਉਂਕਿ ਨਗਰ ਨਿਗਮ ਦੀ ਇਮਾਰਤ ਦੇ ਵਿੱਚ ਜੋ ਹੈ VOTING ਕੀਤੀ ਜਾ ਰਹੀ ਸੀ ਤੇ ਤਕਰੀਬਨ 50 ਮੀਟਰ ਦੇ ਘੇਰੇ ਦੇ ਵਿੱਚ CRPC ਦੀ 144 ਧਾਰਾ ਲਾਗੂ ਕੀਤੀ ਗਈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਵੀ ਚੋਣ ਹੋਈ ਹੈ ਜਿਸ ਦੇ ਵਿੱਚ ਪਾਜਪਾ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੇ ਲਈ ਕਮਰਜੀਤ ਰਾਣਾ ਨੂੰ ਮੈਦਾਨ ਦੇ ਵਿੱਚ ਨਿਤਾਰਿਆ ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਜਦਕਿ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਸੁਮਨ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਤਾਂ ਹੁਣ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਭਾਜਪਾ ਨੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਇੱਕ ਵਾਰ ਫਿਰ ਜਿੱਤ ਦੇ ਝੰਡੇ ਭਾਜਪਾ ਦੇ ਵੱਲੋਂ ਗੱਡ ਦਿੱਤੇ ਗਏ ਨੇ ਕਿਉਂਕਿ ਇੱਕ ਵਾਰ ਫੇਰ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲਿਆ ਤੇ ਤੇ ਮੁੜ ਤੋਂ ਭਾਜਪਾ ਦਾ ਮੇਅਰ ਮਿਲਿਆ ਅਨੂਪ ਗੁਪਤਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਸਬੀਰ ਲਾੜੀ ਨੂੰ ਜੋ ਹੈ ਮੇਅਰ ਦੇ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਾਰਿਆ ਗਿਆ ਸੀ ਮਹਿਜ ਇੱਕ ਵੋਟ ਦੇ ਫਰਕ ਦੇ ਨਾਲ ਭਾਜਪਾ ਇਸ ਵੇਲੇ ਜਿੱਤ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ